ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ। ਮੈਂ ਨਿਸ਼ਾਨ ਸਿੰਘ ਦਰਸ਼ਕੋ। ਜਿਸ ਤਰ੍ਹਾਂ ਸਾਡੇ ਨਾਲ ਸੰਗਤ ਖੜੀ ਹੈ, ਬਾਬਾ ਜੀ ਖੜੇ ਨੇ, ਜਿਸ ਤਰ੍ਹਾਂ ਅੱਜ ਸ਼ਾਦੀ ਹੋਣ ਜਾ ਰਹੀ ਹੈ ਇਹਨਾਂ ਦੇ ਕਾਕਾ ਜੀ ਦੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਇੱਥੋਂ ਅੱਜ ਗੁਰਦੁਆਰਾ ਕਾਲਗੜ੍ਹ ਸਾਹਿਬ ਫਿਰੋਜ਼ਪੁਰ ਦੇ ਵਿੱਚ, ਜੋ ਕਿ ਫਾਜ਼ਿਲਕਾ ਰੋਡ ਦੇ ਬਿਲਕੁਲ ਉੱਪਰ ਮੌਜੂਦ ਹੈ, ਬਾਬਾ ਜੀ ਨੂੰ ਪੁੱਛਦੇ ਹਾਂ। ਬਾਬਾ ਜੀ, ਥੋੜ੍ਹੇ ਸ਼ਬਦਾਂ ਵਿੱਚ ਗੱਲ ਕਰਿਆ ਜੀ, ਜਿਸ ਤਰ੍ਹਾਂ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਸ਼ਾਦੀ ਹੋਣ ਜਾ ਰਹੀ ਹੈ, ਇੱਥੋਂ ਬਰਾਤ ਜਾ ਕੇ ਕਿੱਥੇ ਬਰਾਤ ਪਹੁੰਚਣੀ ਹੈ, ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਸਾਡਾ ਨਾਂ ਜੀ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਆਪਾਂ ਬਰਾਤ ਗੁਰਦੁਆਰਾ ਕਾਲਗੜ੍ਹ ਸਾਹਿਬ ਤੋਂ ਪਠਾਨਕੋਟ ਜਾ ਰਹੀ ਆ ਬਰਾਤ। ਪਿਆਰਿਓ, ਅਸੀਂ ਆਹਨੇ ਗੁਰਮਤ ਅਤੇ ਮਰਜ਼ਾਦਾ ਅਨੁਸਾਰ ਸਾਨੂੰ ਗੁਰੂ ਦੇ ਬਾਣੇ ਬਾਣੀ ਦੇ ਨਾਲ ਜੁੜ ਕੇ ਅਤੇ ਸਾਨੂੰ ਗੁਰੂ ਦੇ ਭਾਣੇ 'ਚ ਰਹਿਣਾ ਚਾਹੀਦਾ, ਰਜ਼ਾ 'ਚ ਰਹਿਣਾ ਚਾਹੀਦਾ ਅਤੇ ਠੀਕ ਸਮੇਂ ਅਨੁਸਾਰ ਇੱਥੋਂ ਬਰਾਤ ਗੁਰਦੁਆਰਾ ਕਾਲਗੜ੍ਹ ਸਾਹਿਬ ਤੋਂ ਰਵਾਨਾ ਹੋ ਚੁੱਕੀ ਆ ਅਤੇ ਪਠਾਨਕੋਟ ਬਰਾਤ ਜਾ ਰਹੀ ਆ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਸਭ ਸੰਗਤਾਂ ਨੂੰ ਧੰਨਵਾਦ ਕੀਤਾ ਜਾਂਦਾ ਤੇ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਕੀਤਾ ਜਾਂਦਾ। ਤੁਹਾਡਾ ਬਾਬਾ ਜੀ ਨਾਮ? ਜਾਇਦਾਰ ਬਾਬਾ ਪ੍ਰਗਟ ਸਿੰਘ। ਤੇ ਜਿਸ ਕਾਕੇ ਦੀ ਸ਼ਾਦੀ ਹੋਣ ਜਾ ਰਹੀ ਉਹਨਾਂ ਦਾ ਨਾਮ? ਰਤਨਦੀਪ ਸਿੰਘ। ਕਿਸ ਤਰ੍ਹਾਂ ਵੀਰ ਜੀ, ਅੱਜ ਤੁਹਾਡੀ ਸ਼ਾਦੀ ਹੋਣ ਜਾ ਰਹੀ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਨਾਲ, ਕਿਵੇਂ ਲੱਗ ਰਿਹਾ ਤੁਹਾਨੂੰ? ਵਧੀਆ ਲੱਗ ਰਿਹਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰਣਦੀਪ ਸਿੰਘ ਆ। ਆਹੀ ਤਾਂ ਕਹਿੰਦੇ ਆ ਸਾਰੇ ਜਣਿਆਂ ਨੂੰ ਵਧੀਆ ਗੁਰਮਤ ਜ਼ਿਆਦਾ ਦੇ ਵਿੱਚ ਜਾਣੀ ਕਿ ਕਾਰ ਵਿਹਾਰ ਕਰਨੇ ਚਾਹੀਦੇ ਆ ਤੇ ਬਾਹਲੇ ਚੱਕਰਾਂ ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਆਪਣੀ ਇਹੀ ਸਾਰਿਆਂ ਨੂੰ ਪਾਇਆ ਕਿ ਵਧੀਆ ਗੁਰੂ ਮਹਾਰਾਜ ਦੀ ਮਰਜ਼ਾਦਾ ਅਨੁਸਾਰ ਹਰੇਕ ਕੋਈ ਆਪਦੀ ਸ਼ਾਦੀ ਕਰਾਵੇ। ਹਾਂਜੀ, ਤੁਸੀਂ ਸੇਵਾ ਵੀ ਕਰਦੇ ਹੋ ਗੁਰਦੁਆਰਾ ਸਾਹਿਬ? ਹਾਂਜੀ ਹਾਂਜੀ, ਸੇਵਾ ਵੀ ਕਰਦੇ। ਠੀਕ ਹੈ, ਠੀਕ ਹੈ। ਹੁਣ ਫਿਰ ਸਿੱਖ ਕੌਮ ਦੇ ਜਿਹੜੇ ਨੌਜਵਾਨ ਨੇ, ਜਿਵੇਂ ਕੋਈ ਘੋਣ ਮੋਹਣ ਹੁੰਦੇ ਨੇ, ਕੀ ਸੁਨੇਹਾ ਦਿੰਦੇ ਹੋ? ਆਪਾਂ ਕਹਿੰਦੇ ਆ ਕਿ ਸਾਰੇ ਸਿੱਖੀ ਦੇ ਨਾਲ ਜੁੜਨ ਕਿ ਹਾਂਜੀ ਹਾਂਜੀ, ਜੇ ਆਪਾਂ ਸਿੱਖੀ ਦੇ ਨਾਲ ਜੁੜਾਂਗੇ ਨਾਲੇ ਬਾਣੀ ਬਾਣੇ ਦੇ ਪ੍ਰਤਾਪ ਦਾ, ਯਾਨੀ ਕਿ ਪ੍ਰਭਾਵ ਦਾ ਪ੍ਰਤਾਪ ਆ, ਹਰੇਕ ਤੇ ਉਦਾਂ ਦਾ ਅਸਰ ਪਊਗਾ ਜਿੱਦਾਂ ਦਾ। ਹਾਂਜੀ, ਠੀਕ ਹੈ। ਦਰਸ਼ਕੋ, ਇਸ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ। ਸਿੱਖ ਰਹਿਤ ਮਰਿਆਦਾ ਦੇ ਹਿਸਾਬ ਨਾਲ ਇਹ ਸ਼ਾਦੀ ਹੋਣ ਜਾ ਰਹੀ ਹੈ ਗੁਰਦੁਆਰਾ ਕਾਲਗੜ੍ਹ ਸਾਹਿਬ ਤੋਂ ਫਿਰੋਜ਼ਪੁਰ ਦੇ ਵਿੱਚੋਂ, ਜਿੱਥੇ ਕਿ ਕਾਕਾ ਜੋ ਲਾੜਾ ਹੈ, ਲਾੜਾ ਸਾਹਿਬ ਜੀ ਨੇ, ਉਹ ਗੱਡੀ ਦੇ ਵਿੱਚ ਬੈਠ ਚੁੱਕੇ ਨੇ। ਇੱਥੋਂ ਬਰਾਤ ਜਿਹੜੀ ਹੁਣ ਮਾਰਚ ਹੋਣ ਜਾ ਰਹੀ ਹੈ, ਇਹ ਬਰਾਤ ਜਾ ਰਹੀ ਹੈ ਪਠਾਨਕੋਟ ਦੇ ਵਿੱਚ। ਵੀਰ ਜੀ, ਲਾੜਾ ਸਾਹਿਬ ਨਾਲ ਪੁੱਛਦੇ ਆ ਵੀ ਬਰਾਤ, ਲਾੜਾ ਸਾਹਿਬ ਕਿੱਥੇ ਬਰਾਤ ਜਾ ਰਹੀ ਹੈ? ਬਰਾਤ ਦਰਸ਼ੋਪੁਰਾ ਜਾ ਰਹੀ ਹੈ। ਜ਼ਿਲ੍ਹਾ ਕਿਹੜਾ? ਪਠਾਨਕੋਟ ਜੀ। ਸੋ ਵੀਰ ਜੀ, ਪਠਾਨਕੋਟ ਬਰਾਤ ਜਾ ਰਹੀ ਹੈ, ਸੋ ਇੱਕ ਭੈਣ ਨਾਲ ਗੱਲ ਕਰ ਲੈਂਦੇ ਹਾਂ। ਸੋ ਭੈਣ ਜੀ, ਸੁਰਮਾ ਪਾ ਰਹੇ ਨੇ ਲਾੜਾ ਸਾਹਿਬ ਨੂੰ, ਜੋ ਗੁਰੂ ਦੇ ਪਿਆਰੇ ਨੇ, ਖਾਲਸਾ ਬਿਲਕੁਲ ਸਜੇ ਹੋਏ ਨੇ, ਪੁੱਛ ਲਿਆ। ਸੋ ਇਹ ਭੈਣ ਨਾਲ ਗੱਲ ਕਰ ਲੈਂਦੇ ਹਾਂ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭੈਣ ਜੀ, ਤੁਹਾਡਾ ਨਾਮ ਕੀ ਹੈ? ਅਰਜਿੰਦਰ ਕੌਰ ਜੀ। ਜਿਹੜੇ ਲਾੜਾ ਸਾਹਿਬ ਨੇ, ਤੁਹਾਡੇ ਰਿਸ਼ਤੇ ਵਿੱਚ ਕੀ ਲੱਗਦੇ ਆ? ਮੇਰੇ ਭਰਾ ਲੱਗਦੇ। ਭੈਣ ਜੀ, ਅੱਜ ਜਿਸ ਤਰ੍ਹਾਂ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਨਾਲ ਇਹਨਾਂ ਤੁਹਾਡੇ ਵੀਰ ਜੀ ਦੀ ਸ਼ਾਦੀ ਹੋਣ ਜਾ ਰਹੀ, ਤੁਹਾਨੂੰ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਇਹ ਕਿਸੇ ਦੀ ਜਾਂਦੀ ਹੈ ਇਸ ਤਰ੍ਹਾਂ ਦੀ ਬਰਾਤ, ਜਿਹੜੀ ਕਿ ਸਾਦੇ ਢੰਗ ਨਾਲ ਜਾਵੇ। ਹਾਂਜੀ। ਸੋ ਦਰਸ਼ਕੋ, ਇਸ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਲਾੜਾ ਬਿਲਕੁਲ ਤਿਆਰ ਹੋ ਕੇ ਗੱਡੀ ਦੇ ਵਿੱਚ ਬੈਠ ਚੁੱਕਿਆ, ਇੱਥੋਂ ਫਿਰੋਜ਼ਪੁਰ ਤੋਂ ਗੁਰਦੁਆਰਾ ਕਾਲਗੜ੍ਹ ਸਾਹਿਬ ਤੋਂ ਬਰਾਤ ਜਿਹੜੀ ਤੁਰਨ ਲੱਗੀ ਹੈ, ਮਾਰਚ ਕਰਨ ਲੱਗੀ ਹੈ, ਪਠਾਨਕੋਟ ਦੇ ਵਿੱਚ ਬਰਾਤ ਜਾਣੀ ਹੈ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਇਹ ਬਰਾਤ ਜਿਸ ਤਰ੍ਹਾਂ ਤੁਸੀਂ ਜਾ ਰਹੇ ਹੋ, ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਕਰਮ ਸਿੰਘ ਜੀ। ਹਾਂ ਤੇ ਵੀਰ ਜੀ, ਬਰਾਤ ਇੱਥੋਂ ਜਾ ਰਹੀ ਹੈ ਫਿਰੋਜ਼ਪੁਰ ਤੋਂ ਗੁਰਦੁਆਰਾ ਕਾਲਗੜ੍ਹ ਸਾਹਿਬ, ਕਿੱਥੇ ਜਾਵੇਗੀ? ਇਹ ਪਠਾਨਕੋਟ ਜਾਣੀ ਜੀ। ਤੇ ਵੀਰ ਜੀ, ਤੁਸੀਂ ਰਿਸ਼ਤੇ ਦੇ ਵਿੱਚ ਲਾੜਾ ਸਾਹਿਬ ਜੀ ਦੇ ਕੀ ਲੱਗਦੇ ਹੋ? ਮੇਰਾ ਭਤੀਜਾ ਹੈ। ਠੀਕ ਹੈ। ਤੇ ਵੀਰ ਜੀ, ਜਿਸ ਤਰ੍ਹਾਂ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਨਾਲ ਬਰਾਤ ਅੱਜ ਜਾ ਰਹੀ ਹੈ ਤੇ ਲਾੜਾ ਸਾਹਿਬ ਦੀ ਜਿਹੜੀ ਸ਼ਾਦੀ ਹੋਣੀ ਹੈ, ਤੇ ਕਿਵੇਂ ਸੰਗਤਾਂ ਨੂੰ ਹੋਰ ਕੀ ਸੁਨੇਹਾ ਦਿੰਦੇ ਹੋ? ਸੰਗਤਾਂ ਨੂੰ ਇਹ ਗੁਰੂ ਸਾਹਿਬ ਦਾ ਉਸ ਆਸਰਾ ਓਟ ਲੈ ਕੇ ਤੇ ਅਸੀਂ ਤੁਹਾਨੂੰ ਇਹ ਕੰਮ ਕਰਨ ਸ਼ੁਰੂ ਕਰਨਾ ਚਾਹੀਦਾ। ਤੁਹਾਨੂੰ ਅੱਜ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ? ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜੀ, ਸਾਡੇ ਭਤੀਜੇ ਦਾ ਵਿਆਹ। ਅੱਛਾ ਅੱਛਾ, ਠੀਕ ਹੈ। ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ। ਭੈਣਾਂ ਬੈਠੀਆਂ ਨੇ, ਭੈਣਾਂ ਵੀ ਸਿਮਰਨ ਕਰਦੀਆਂ ਹੋਈਆਂ, ਇੱਕ
अनोखी बरात, एक अलग तो बरात, एक वखरी बरात, एहो जी बरात तुसी पहली बार वेखी होनी है। अज तो पहला एहो जी बरात तुसी वेखी नहीं होनी। दर्शको इस वीडियो नूं वध तों वध शेयर कर दिया जी, भी सिमरन करदी हुई बरात सामने देखे अरदास एक ओंकार श्री वाहिगुरु जी की फतेह। श्री भगवती जी सहाय वाह। श्री भगवती जी की पातशाही दसवीं प्रथम भगवती सिमर कै गुरु नानक नहीं ध्याए। श्री अंगद गुरु तैं अमरदास रामदास सहाय। अर्जुन हर गोबिंद नौ गुरु श्री हर राय। श्री हर कृष्ण ध्याई है जिस जिथे सब कुछ जाई तेहे बहादुर सूरी है। घर नौ निधि आवै ताई सब साई हुई सहाय। दसवें पातशाह गुरु गोबिंद सिंह महाराज जी सब साई हुई सहाय। दसां पातशाहियां दी जोत श्री गुरु ग्रंथ साहिब जी दे पाठ दर्शन दीदार दा ध्यान धर के बोलो जी वाहेगुरु वाहेगुरु जी। हे निमाणिया दे माण सतगुरु, नितानिया दे कान सतगुरु, निहंटिया दे ओट, निआसरिया दे आसरे सतगुरु जी। धन धन श्री गुरु ग्रंथ साहिब महाराज जी। आप जी दे चरणा विच अरदासां बेनतियां जो दुनिया कीतियां जांदियां हन। लख खुशियां पातशाहियां जे सतगुरु नदर करे इहो के करनाम दे मेरा मन तन शीतल होए। पातशाह जी इहनां महाबाग खेंदे जाना जिंदगी दा खेल दा दिया विछड़िया रूहां नूं ने मेल दा दिया। पहला ही ना टोर टुट जाए सोसा हेलो।
सामने खिला दो चलो जी करो यार जरा हो गया ही बस फोटो करा लो एक बार पैसे ना फटे फटे हाथ लाए बच्चे तुम भी इधर देखो ठीक है जी लागे फोटो इधर एक मिनट इधर देखो इधर श्री अकाल खेते जाना जिंदगी दा खेल दा पिया विछड़िया रूहां नु खुद आगे अरदास हमारी जियो पिंडो सब तेरा वाहिगुरु कौनक सब तेरी वडियाई कोई ना न जाने जी मेरा वाहिगुरु बोलो जी सतनाम श्री वाहिगुरु साहिब जी अरदास एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ते आए श्री अंगद गुरु ते अमरदास रामदास हुए सहाय अर्जन हर गोविंदनो सिमरो श्री हर राय श्री हर कृष्ण ते आई है जिस डिठे सब दुख जाए तेग बहादुर सिमरी है घर नौन दे आवै ताई सब थाई हुए सहाय दसवें पातशाह गुरु गोबिंद सिंह महाराज जी सब थाई हुए सहाय दसां पातशाहियां दी जोत श्री गुरु ग्रंथ साहिब जी दे पाठ दर्शन दीदार दा ध्यान धर के बोलो जी वाहिगुरु हे निमाणियां दे माण सतगुरु ने ताणियां दे तान सतगुरु ने ओटियां दे ओट ने आसरियां दे आसरे धन धन श्री गुरु ग्रंथ साहिब महाराज जी आप जी दे चरणां विच अरदासां बेनतियां जोधड़ियां कीतियां जांदियां हन पातशाह जीओ ਕੀਤਾ ਲੋੜੀ ਹੈ ਕੰਮ ਸੋ ਹਰ ਪੇ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਇਹਨਾਂ ਮਹਾਂਬਾਕਾਂ ਅਨੁਸਾਰ ਪਾਤਸ਼ਾਹ ਜੀ ਉਹ ਸਰਦਾਰ ਪ੍ਰਗਟ ਸਿੰਘ ਜੀ ਜਿਨ੍ਹਾਂ ਦੇ ਸਪੁੱਤਰ ਕਾਕਾ ਰਤਨਦੀਪ ਸਿੰਘ ਜੀ ਅਤੇ ਸਰਦਾਰ ਨਰਿੰਦਰ ਸਿੰਘ ਜੀ ਜਿਨ੍ਹਾਂ ਸਪੁੱਤਰੀ ਬੀਬੀ ਲਵਪ੍ਰੀਤ ਕੌਰ ਪਾਤਸ਼ਾਹ ਜੀ ਇਹਨਾਂ ਦੇ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਾਤਸ਼ਾਹ ਜੀ ਆਰੰਭ ਹੋਣ ਲੱਗੇ ਹਨ ਪਾਤਸ਼ਾਹ ਜੀ ਉਹ ਸ਼ੁਭ ਆਨੰਦ ਕਾਰਜ ਤੋਂ ਪਹਿਲਾਂ ਪਾਤਸ਼ਾਹ ਜੀ ਇਸ ਟਾਈਮ ਆਪ ਜੀ ਪੱਲੇ ਦੀ ਰਸਮ ਅਦਾ ਕਰਨ ਦੀ ਆਗਿਆ ਬਖਸੋ ਮਹਾਰਾਜ ਰਹਿੰਦੇ ਕਾਰਜ ਆਪ ਸੰਗਤਾਂ ਨੂੰ ਅੰਗ ਸੰਗ ਸਹਾਈ ਹੋ ਕੇ ਸੰਪੂਰਨ ਕਰਨੇ ਸਭ ਦਾ ਭਲਾ ਕਰਨਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ।
श्री वाहेगुरु साहिब जी। सोरठ महला पंजवा प्रभ पूरी लोच हमारी कर इशनान ग्रह आए आनंद मंगल सुख पाए संत हो राम नाम नस्तरिया उठत बैठत हर हर ध्याइया अनदिन सोकृत करिया रहाउ संत का मार्ग धर्म की पौड़ी कौ बड़ पागी पाए कोट जन्म के गिलगित नासे हर चरणी चित लाय पुस्तत करो सदा प्रभ अपने जिन्हें पूरी कल राखी ये जंत सब कहे पवित्रा सतगुर की सच साखी विघ्न विनाशन सब दुख नाशन सतगुर नाम दड़ाया होए पाप भय सब पावन जन नानक सुख करियार विघ्न विनाशन सब दुख नाशन सतगुर नाम दड़ाया कोई पाप पे सब पावन जन नानक सुख कराया। वाहिगुरु जी का खालसा वाहिगुरु जी की फतेह। हुण लड़की दे पिता की बेनती की जाती है कि लड़के का पला लड़की दे हाथ विच फड़ाउण की कृपालता करन। बेनती की जाती है कि दोहां बच्चियां ने बड़े सत्कार नाल मत्था टेक के चार परिक्रमा करनिया हन। जो ग्रंथ संघ अखीर लीलां विच कहणगे जन नानक पहली लाम चलाई आरंभ काज रचाया। जदों ग्रंथी साहब जी यह तोकन दो वारी उचारण करनगे ਤਾਂ ਬੜੇ ਸਤਿਕਾਰ ਨਾਲ ਮੱਥਾ ਟੇਕ ਕੇ ਪਰਿਕਰਮਾ ਕਰਨੀਆਂ ਹਨ ਅਤੇ ਮੱਥਾ ਟੇਕ ਕੇ ਹੀ ਮਹਾਰਾਜ ਦੀ ਹਜ਼ੂਰੀ ਵਿੱਚ ਬਹਿਣਾ ਹੈ। ਹੁਣ ਗ੍ਰੰਥ ਸਿੰਘ ਜੀ ਪਹਿਲੀ ਲਾਮ ਦਾ ਪਾਠ ਆਰੰਭ ਕਰਨਗੇ। ਸਤਨਾਮ
संत जना बड़ भागी पाया
हर कथय अकत कहान फिर दे हर 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 तुने उपजे हर जपिय मस्तक भाग जियो जन नानक बोला तीजी लावे हरि उपजे मन बिराग जियो जन नानक बोला तीजी लावे हरि उपजे मन बिराग जियो गुण अब गुण मेरा किस न विचारिया सहज पिया हर पाया बलराम जियो गुरमुख मिलया सुभाए हर मन तन मीठा लाया बलराम जियो हर मीठा लाया मेरे प्रभु पाया अणदिन हर बनाई मन कजड़या फल पाया स्वामी हर नाम बजी बाधाई हर प्रभ ठाकुर काज रचाया तन हृदय नाम विगासी जन नानक बोले चौथी लावे हर पाया प्रभ अविनाशी जन नानक बोले चौथी लावे नौनद पाए बजे बदाई नौनद पाए बजे बदाई बजे अनहद तोरे प्यारे बाजे अनहद तोरे बलिया गुर ज्ञान अंधेरा बिलसिया हर रत
दिल बाजार चलाता हो मैं रोग गया दुख लाता आपे गुरमत खादा आपे आपे गुरमत गादा जा हुआ मेरे बाबला गुरमुखे हर पाया गुरमुखे हर पाया गुरमुखे हर पाया गुरमुखे हर पाया जा हुआ ना कद मरे न जाया अकाल मूर्त बर पाया विनाशी ना कद मरे न जाया ब्याह हुआ मेरे बाबला गुरमुखे हर पाया गुरमुखे हर पाया ब्याह हुआ मेरे बाबला गुरमुखे हर पाया गुरमुखे हर पाया गुरमुखे हर पाया गुरमुखे हर पाया ब्याह हुआ वाहे गुरु सिखो सबद प्यारियो जन्म मरण कीटे मुखो जल सदा सुखे नानक सिमरत राम कली महला तीजा आनंद को अंकार सतगुर प्रसाद आनंद बया मेरी माए सतगुरु मैं पाए सतगुरु ना पाया सहज से मन बजियां बदाइयां राग रतन परवार परियां सबद गावन आई सबद गावो हरि कीर मन जनी बसाया कह नानक आनंद होवा सतगुरु मैं पाई हे मन मेरे आदु सदा रहो हर नाल हर नाल रहो तुम मन मेरे दुख सब विसारण अंगीकार करे तेरा कार्य सब सवार सब नागला समरथ स्वामी सो क्यों मनो विसार कह नानक मन मेरे सदा रहो हर नाल साचे साहेबा क्या नाही कर तेरे करता तेरा सब किस है तेरे सो पाल सदा सिफत सलाह तेरी नाम मन बसा नाम जिनके मन बसिया वाजे शब्द कनेरे कह नानक सच्चे साहिब क्या नाही कर तेरे साचा नाम मेरा आधार साचे नाम आधार मेरा जिन भुखा सब गवाई कर शांत सुख मनाए बसिया जिन ऐसा सब बुझाई सदा कुर्बान किता गुर बेटो जिस दियाए बढ़ियाई कह नानक सुनो संतो शब्द धरो प्यार साचा नाम मेरा आधार वाजे पंच शब्द तिकार सबग कार सबग शब्द वाजे कला जित करदारी पंच दोत दोत बस गीत काल कंठ कुमार दुर कर्म पाया तुत जन को से नाम हर के लाज कह नानक दस को आदित कर अनहद वाज आनंद सुनो बड़ पागियो
सगल मनोरथ पूरे पार ब्रह्म प्रभ पाया उतरे सगल विसोरे लोग रोग संताप उतरे सुने सच्ची मान संत साजन बैसस पूरे गुरु ते जान सुनते पुनित करते पवित सतगुर अमर पूर बिन मंत्र नानक गुर चरण लागे बाजे अनहद तुर सलोक पवन गुरु माने पिता माता धरत महात दिवस रात दे दाई दाया खिला सगल जगत चंगियाया बुरियाया बाजे धर्म हरूर करमी आप अपने के नेड़े के दूर इन्ने नाम त्याया देह मसकत काल नानक दे मुख उजले खेती सुटी नाल बोल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह फतेह जिनी नाम ते आया गए मसकत काल नानक ते मुख उजले केती सुटी नाल वाहिगुरु जी का खालसा वाहिगुरु जी की फतेह तू ठाकुर तुम पे अरदास जियो पिंड सब तेरी रास तुम मात पिता हम तुमरे कृपा मैं सुख गणे रे कोई न जाने जी ऊचे ते ऊचा भगवंत सगल समगरी तुमरे सुतर तारी तुम ते हो सो आज्ञाकारी तुमरी गात मित तुम ही जानी नानक दास सदा कुर्बानी बोलो जी सतनाम श्री वाहिगुरु सतनाम श्री वाहिगुरु साहिब जी अरदास एक ओंकार वाहिगुरु जी की फतेह श्री भगवती जी सहाई वार श्री भगवती जी की पातशाही दसवीं प्रथम भगवती सिमर कै गुरु नानक लई तिहाई श्री अंगद गुरु ते अमरदास रामदास हुई सहाई अर्जन हर गोविंद नौ सिमरो श्री हर राय श्री हर कृष्ण तिहाई है जिस डिठे सब दुख जाई तीग बहादुर सिमरी है घर नौन दियावै ताई सब थाई हुए सहाय दसवें पातशाह गुरु गोबिंद सिंह महाराज जी सब थाई हुए सहाय दसा पातशाहियों की जोत श्री गुरु ग्रंथ साहिब जी दे पाठ दर्शन दीदार दा ध्यान धार के बोलो जी वाहिगुरु पंजा प्यारियां चौहान साहिबजादियां चालियां मुक्तियां हठियां जपियां तपियां जिन्हां ने आप जी का नाम जपिया वंड के सकिया देख चलाई तेग वाही देख के अंडिठ कीता तिना प्यारियां सचारियां दी कमाई दा ध्यान धार के बोलो जी वाहिगुरु वाहिगुरु जिन्हां सिंघां सिंघणियां ने धर्म हित से दिते बंद बंद कटाई खोपड़ियां लुहाइयां चरखनियां दे चढ़े तन आरियां नाल चराए गुरुद्वारियां दी सेवा लई कुर्बानियां कीतियां धर्म निहारिया सिखी केसां सवासां नाल निवाही तिना दी कमाई दा ध्यान धार के बोलो जी वाहिगुरु पंजा तख्तां सरबत गुरुद्वारियां दा ध्यान धार के बोलो जी वाहिगुरु प्रथम है सरबत खालसा जी की अरदास है जी सरबत खालसा जी को वाहिगुरु 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 नाम चित आवे चित आवन का सदका सर्व सुख होवै जहाँ जहाँ खालसा जी साहिब जी तहा तहा रचिया रियात
देख तेख फतेह बिरद की पैज पंथ की जीत श्री साहिब जी सहाय खालसे जी के बोल वाले बोलो जी वाहे गुरु बख्शो जी सिखा नु सिखी दान किस दान रहत दान वभिक दान विसहु दान भरूसा दान दाना सरदान नाम दान श्री अमृतसर जी दे स्नान चौंकियां झंडे बूंगे जुगों जुग अटल धर्म का जयकार बोलो जी वाहे गुरु पातशाह जी आप जी दे सिखां दा माननी वा मत उची मत पत दा राखा अकाल पुरख वाहे गुरु जी हे निमाणिया दे मान सतगुरु नितानिया दे तान सतगुरु न्योटिया दे ओट ने आसरिया दे आसरे सतगुरु जी धन धन श्री गुरु ग्रंथ साहिब महाराज जीओ आप जी के चरणों में अरदासा बेनतियां जोदड़ियाँ कीतियां जांदियां हन दर प्रवान करनिया कीता लोड़ी है काम सुहर पे आखी है कारज दे सवार सतगुर सच साखी है पातशाह जीओ इन्हां महावाक्यां अनुसार सरदार प्रगट सिंह जी जिन्हां दे सपुत्र काका रतनदीप सिंह सरदार नरेंद्र सिंह जी जिन्हां दे सपुत्री बीबी लवप्रीत कौर पातशाह जी इन्हां दे शुभ आनंद कारज आप जी दी पावन पवित्र हजूरी विच पातशाह जी मर्यादा अनुसार होए हन पातशाह जी ओ पातशाह जी शुभ आनंद कारज नूं मुख रखदिआं होइआं दोहां परिवारां वल्लों आप जी नूं सोहणे जिहे पसाके पहनाए गए हन अंगीकार करने लोक प्रलोक विच संगतां दे पड़दे कजने पातशाह जी ओ शुभ आनंद कारज नूं मुख रखदिआं होइआं दोहां परिवारां वल्लों पातशाह जी आप जी दी हजूरी विच पावन पवित्र देख कड़ा प्रसादी देख हाजिर कीती गई दार प्रवान करनी प्रवान कीता होया प्रसाद साध संगत विच वरतावन दी आग्या बख्शनी पातशाह जी ओ बच्चियां कोलों पातशाह जी चार परिक्रमा करदियां कोटां ही कोट अनेकां प्रकारां दियां बेअंत भुल्लां चुकां होईयां हन खीमा करना पातशाह जी ओ गुरबाणी पढ़दियां सुनदियां हर जस कीर्तन करदियां कोटां ही कोट अनेकां प्रकारां दियां बेअंत भुल्लां चुकां होईयां खीमा करना पातशाह जी गां तों समत बख्शनी सेवकां दे रहिंदे कारज आप अंग संग सहाय हो के संपूर्ण करने दर ते आईयां संगतां दी हाजरी दर प्रवान करनी कदम कदम लेखे विचलाना लिआंदा होया तिल फुल मत्था टेकिया दर प्रवान करना सब दा ही भला करना जी हुण संगतां नूं पावन पवित्र हुक्मनामे बख्श के निहाल करो गुरु नानक नाम चढ़दी कला तेरे भाणे सरबत दा भला वाहेगुरु जी का खालसा वाहेगुरु जी की फतेह बोले सोनहाल सत श्री अकाल गुरु ग्रंथ साहिब दे मन नूं भावे श्री अकाल वाहेगुरु जी का खालसा वाहेगुरु जी की फतेह सोरठ महला पंजवां गुरपुरा नमस्कारी सब सबे काज सवारी हरे अपनी कृपा धारी प्रभु पूरन पहज सवारी गुरपुरा नमस्कारे प्रभु सबे काज सवारे
ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਿਓ ਸਹਾਈ ਸਗਲ ਮਨੋਰਥ ਕਿੰਨੈ ਕਰਤਾ ਉਮੀ ਬਾਤ ਨਾ ਕਾਈ ਰਹਾ ਕਰਤਾ ਪੁਰਖ ਤਾਲ ਦਿਵਾਇਆ ਪਿੱਛੇ ਲਗ ਚਲੀ ਮਾਇਆ ਕੋਟ ਨਾ ਕਤਹੂੰ ਆਵੈ ਮੇਰਾ ਪੂਰਾ ਸਤਿਗੁਰ ਪਾਵੈ ਸਿਮਰ ਸਿਮਰ ਦਿਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਾਰ ਗੁਸਾਈ ਦਿਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਹਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲਠਵਾਂ ਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਰਜ ਸਵਾਰੇ ਹਰੇ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਕੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨਾਂ ਪਰਿਵਾਰਾਂ ਨੂੰ ਆਨੰਦ ਕਾਰਜਾਂ ਦੀਆਂ ਲੱਖ ਲੱਖ ਵਧਾਈਆਂ ਕਿਰਪਾ ਕਰਨ ਮਹਾਰਾਜ ਦੋਨਾਂ ਜੋੜੀਆਂ ਦੇ ਚੇਤੇ ਵਰਗ ਹੱਥ ਰੱਖਣ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਜੀ ਦੇਗਾਂ ਵਰਤਾਈਆਂ ਜਾਣਗੀਆਂ ਦੇਗਾਂ ਛੱਕ ਕੇ ਆਪ ਜੀ ਨੇ ਪਰਿਵਾਰ ਨੂੰ ਲੰਗਰ ਤਿਆਰ ਕੀਤਾ ਗਿਆ ਹੈ ਛੱਕ ਕੇ ਸਾਥ ਜਾਣਾ ਹੈ ਯੋਗ ਰਿਸ਼ਤੇਦਾਰ ਭਾਈ ਬਿੰਦੀ ਗੁਰਮੁਖ ਪਿਆਰੇ ਹਾਜ਼ਰ ਹੋਏ ਹਨ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਾਰੇ
ਤੇਜਾ ਕਿੱਥੇ ਵਾਗ ਖੜਾ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਹਰ ਬਾਬੁਲ ਮੇਰੀਆਂ ਹਾਂ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਤੇਜਾ ਕਿੱਥੇ ਵਾਗ ਖੜਾ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਤੇਜਾ ਕਿੱਥੇ ਵਾਗ ਖੜਾ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਬਾਬੁਲ
बाबू।